ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 24 ਅਪ੍ਰੈਲ ਦਿਨ ਐਤਵਾਰ ਸ਼ਾਮ ਦੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਅਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਇਸ ਦੇ ਨਾਲ ਨਾਲ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕੌਨਸਨ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਗਡੋਵਾ ਤੋਂ, ਕਾਬਲ ਸਿੰਘ ਬੈਂਸ ਮਡਸਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਲਾਈਵੋਕ ਤੋਂ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤਾਂ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅਦਾਲਤਾਂ ਦੇ ਵਿੱਚ ਕੇਸਾਂ ਦੇ ਢੇਰ ਲੱਗਣ ਦਾ ਜਿਹੜਾ ਕਾਰਨ ਆ ਸਰਕਾਰ ਦੇ ਉੱਤੇ, ਉਹ ਦੋਸ਼ ਸਰਕਾਰ ਦੇ ਉੱਤੇ ਚੀਫ ਜਸਟਿਸ ਵੱਲੋਂ? ਸੁਪਰੀਮ ਕੋਰਟ ਦੇ ਚੀਫ ਜਸਟਿਸ TS ਠਾਕੁਰ ਜਿਹੜੇ ਨੇ ਜੀ, ਉਹਨਾਂ ਨੇ ਦੇਸ਼ ਭਰ ਦੀਆਂ ਅਦਾਲਤਾਂ ਦੇ ਵਿੱਚ ਲਮਕ ਰਹੇ ਮੁਕੱਦਮਿਆਂ ਦੀ ਵੱਧ ਰਹੀ ਗਿਣਤੀ ਦੀਆਂ ਵਾਸਤੇ ਜੀ ਸਰਕਾਰਾਂ ਨੂੰ, ਸਮੇਂ ਸਮੇਂ ਦੇ ਜਿਹੜੇ ਸਰਕਾਰ ਆ ਉਹਨਾਂ ਨੂੰ ਦੋਸ਼ੀ ਕਿਹਾ ਜੀ। ਦੇਸ਼ ਦੀਆਂ ਅਦਾਲਤਾਂ ਦੇ ਵਿੱਚ ਮੁਕੱਦਮਿਆਂ ਦੀ ਗਿਣਤੀ ਵੱਧ ਕੇ ਜਿਹੜੀ ਆ ਜੀ ਉਹ ਕਰੀਬ 3 ਕਰੋੜ ਤੇ 80 ਲੱਖ ਤੱਕ ਪਹੁੰਚ ਗਈ ਹੋਈ ਆ। ਉਹਨਾਂ ਨੇ ਕਿਹਾ ਕਿ ਨਿਆਂਪਾਲਿਕਾ ਦੀਆਂ ਅਪੀਲਾਂ, ਲਾਅ ਕਮਿਸ਼ਨ ਦੀ ਸਿਫਾਰਸ਼, ਸੁਪਰੀਮ ਕੋਰਟ ਦੇ ਫੈਸਲੇ ਦੇ ਬਾਵਜੂਦ ਕੇਂਦਰ ਤੇ ਰਾਜ ਸਰਕਾਰਾਂ ਅਦਾਲਤਾਂ ਦੇ ਵਿੱਚ ਜੱਜਾਂ ਦੀ ਗਿਣਤੀ ਵਧਾਉਣ ਦੇ ਵਿੱਚ ਫੇਲ ਰਹੀਆਂ ਨੇ ਜੀ। ਮੁੱਖ ਮੰਤਰੀਆਂ ਤੇ ਹਾਈ ਕੋਰਟਾਂ ਦੇ ਮੁੱਖ ਜੱਜਾਂ ਦੀ ਜਿਹੜੀ ਸਾਂਝੀ ਕਾਨਫਰੰਸ ਸੀ, ਉਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੰਚ ਦੇ ਉੱਤੇ ਹਾਜ਼ਰੀ ਦੇ ਦੌਰਾਨ ਜਸਟਿਸ ਠਾਕੁਰ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਤੱਕ ਜੱਜਾਂ ਦੀ ਗਿਣਤੀ ਨਹੀਂ ਵਧਾਈ ਜਾਂਦੀ, ਲਮਕਦੇ ਕੇਸਾਂ ਦੀ ਗਿਣਤੀ ਜਿਹੜੀ ਉਹ ਵੱਧਦੀ ਜਾਊਗੀ। ਜਿਹੜੀ ਇਹਦੇ ਇਸ ਤੋਂ ਬਾਅਦ ਜਿਹੜੀ ਛੋਟੀ ਜਿਹੀ ਇੱਕ ਤਕਰੀਰ ਸੀ, ਉਹਦੇ ਵਿੱਚ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਕਿ ਸਰਕਾਰ ਇਸ ਸਮੱਸਿਆ ਦੇ ਹੱਲ ਦੇ ਵਾਸਤੇ ਨਿਆਂਪਾਲਿਕਾ ਤੇ ਕਾਰਜਪਾਲਿਕਾ ਦੇ ਨੁਮਾਇੰਦਿਆਂ ਦਾ ਇੱਕ ਸਾਂਝਾ ਪੈਨਲ ਜਿਹੜਾ ਜੀ ਉਹ ਕਾਇਮ ਕਰਨ ਦੇ ਵਾਸਤੇ ਤਿਆਰ ਹੈ। ਜਦੋਂ ਜਿਹੜੇ ਜਸਟਿਸ ਠਾਕੁਰ ਸਨ ਉਹ ਇਹਦੇ ਉੱਤੇ ਜਿਹੜਾ ਆਪਣਾ ਭਾਸ਼ਣ ਦੇ ਰਹੇ ਸਨ, ਤਾਂ ਉਹ ਕਾਫੀ ਜਿਹੜਾ ਜੀ ਜਜ਼ਬਾਤੀ ਹੋ ਗਏ ਔਰ ਭਾਵਕ ਹੋ ਕੇ ਉਹਨਾਂ ਨੇ ਇਹ ਗੱਲ ਆਖੀ ਕਿ ਜਿਹੜੇ ਜੱਜਾਂ ਦੇ ਉੱਤੇ ਜਿੰਨਾ ਦਬਾਓ ਹੈ, ਉਸ ਦਬਾਓ ਦੇ ਤਹਿਤ ਉਹ ਜਿਹੜਾ ਜੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਜਿਹੜਾ ਜੀ ਉਹ ਸਾਹਮਣਾ ਕਰਦੇ ਨੇ। ਇਹ ਕਹਿੰਦਿਆਂ ਹੋਇਆ ਉਹਨਾਂ ਜਿਹੜੇ ਸੀਗੇ ਜੀ ਉਹ ਬੇਹੱਦ ਭਾਵਕ ਜਿਹੜੇ ਸੀ ਉਹ ਹੋਏ ਰਹੇ ਜੀ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ ਚੋਣਾਂ ਦੀ ਤਿਆਰੀ ਕਸ ਲਈ ਅਕਾਲੀ ਦਲ ਨੇ? ਜੀ, ਜਿਵੇਂ ਜਿਵੇਂ ਜਿਹੜੀਆਂ ਦੀ ਉਹ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਤੇ ਉਹ ਤੋਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਜੀ ਉਹਨਾਂ ਦੀ ਤਿਆਰੀ ਜਿਹੜੀ ਆ ਉਹ ਦਿਸ ਰਹੀ ਆ, ਔਰ ਇਸੇ ਤਰੀਕੇ ਦੇ ਨਾਲ ਜਿਹੜਾ ਸੱਤਾਧਾਰੀ ਧਿਰਾ ਅਕਾਲੀ ਦਲ ਉਹਨੇ ਵੀ ਆਪਣੇ ਜਿਹੜੀ ਚੋਣ ਤਿਆਰੀ ਆਰੰਭੀ ਆ ਜੀ। ਇਹ ਦੱਸਿਆ ਗਿਆ ਕਿ 65% ਉਮੀਦਵਾਰ ਜਿਹੜੇ ਨੇ ਉਹਨਾਂ ਦੀ ਸ਼ਨਾਖਤ ਕਰ ਲਈ ਗਈ ਹੈ, ਔਰ ਉਹਨਾਂ ਨੇ ਕਿਹਾ ਕਿ ਅਜੇ ਉਹਨਾਂ ਨੇ ਇਹ ਐਲਾਨ ਤਾਂ ਨਹੀਂ ਕਰਨੇ ਨਾਮ ਜਿਹੜੇ ਉਹ ਕਿਹੜੇ ਹੋਣਗੇ, ਪਰ ਉਹਨਾਂ ਨੂੰ ਇਹ ਕਿਹਾ ਗਿਆ ਜੀ ਕਿ ਉਹ ਜਿਹੜੀ ਚੋਣ ਮੁਹਿੰਮ ਹੈ ਉਹ ਮੱਠੇ ਤਰੀਕੇ ਦੇ ਨਾਲ ਅਜੇ ਜਿਹੜੀ ਹੈ ਜੀ ਉਹ ਆਪੋ ਆਪਣੇ ਹਲਕਿਆਂ ਦੇ ਵਿੱਚ ਸ਼ੁਰੂ ਕਰ ਦੇਣ ਜੀ। 94 ਸੀਟਾਂ ਦੇ ਉੱਤੇ ਅਕਾਲੀ ਦਲ ਨੇ ਜਿਹੜਾ ਜੀ ਉਹ ਚੋਣ ਲੜਨੀ ਹੈ। ਇਹ ਦੱਸਿਆ ਗਿਆ ਜੀ ਕਿ ਉਹਨੇ ਰਣਨੀਤੀ ਜਿਹੜੀ ਹੈ ਉਹ ਘੜ ਲਈ ਹੈ, ਔਰ 50 ਦੇ ਕਰੀਬ ਜਿਹੜੇ ਉਮੀਦਵਾਰ ਨੇ ਉਹ ਫਾਈਨਲ ਹੋ ਚੁੱਕੇ ਹੋਏ ਨੇ। ਉਹ ਕੌਣ ਨੇ ਇਹਦਾ ਤਾਂ ਕੋਈ ਖੁਲਾਸਾ ਜਿਹੜਾ ਜੀ ਉਹ ਨਹੀਂ ਕੀਤਾ ਕਿ ਕਿਹੜੇ ਹਲਕੇ ਤੋਂ ਕਿਹੜਾ ਉਮੀਦਵਾਰ ਜਿਹੜਾ ਜੀ ਉਹ ਹੋਊਗਾ। ਪਰ ਜਿਹੜਾ ਸਵਾਲਾਂ ਦੇ ਜਵਾਬ ਜਿਹੜੇ ਦਿੰਦਿਆਂ ਹੋਇਆ ਪੱਤਰਕਾਰ ਸੰਮੇਲਨ ਦੇ ਵਿੱਚ ਜਿਹੜੇ ਸੁਖਬੀਰ ਸਿੰਘ ਬਾਦਲ ਹੁਰੀ ਨੇ, ਉਹਨਾਂ ਨੇ ਇਹ ਕਿਹਾ ਜੀ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਬਾਰੇ ਦੇ ਵਿੱਚ ਕਿਸੇ ਗਰੋਹ ਨੂੰ ਕੋਈ ਸਿਆਸੀ ਸਰਪ੍ਰਸਤੀ ਹਾਸਲ ਨਹੀਂ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਇੱਕ ਮਹਿਜ਼ ਲੰਘ ਹੈ, ਅਸਲ ਮਾਰਕੀਟ ਵੱਡੇ ਸ਼ਹਿਰ ਨੇ ਜਾਂ ਅਮੀਰ ਮੁਲਕ ਨੇ ਜੀ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਜਿਹੜਾ ਨਸ਼ੇੜੀ ਹੋਣ ਦੀ ਗੱਲ ਕਹੀ ਜਾ ਰਹੀ ਹੈ, ਕੋਈ ਨਸ਼ੇੜੀ ਜਿਹੜੇ ਉਹ ਹੈ ਨਹੀਂ ਗੇ, ਔਰ ਇਹ ਜਦੋਂ ਪੁੱਛਿਆ ਗਿਆ ਕਿ ਰੇਤ ਮਾਫੀਆ ਜਿਹੜਾ ਜੀ ਉਹਨੂੰ ਸਿਆਸੀ ਸਰਪ੍ਰਸਤੀ ਹਾਸਲ ਆ, ਉਹਨਾਂ ਨੇ ਕਿਹਾ ਕੋਈ ਸਿਆਸੀ ਸਰਪ੍ਰਸਤੀ ਜਿਹੜੀ ਆ ਉਹ ਹਾਸਲ ਨਹੀਂ ਹੈ, ਬਾਦਲ ਪਰਿਵਾਰ ਦੇ ਹੀ ਮੈਂਬਰ ਸਰਕਾਰ ਤੇ ਕਿਉਂ ਕਾਬਜ਼ ਨੇ। ਤੇ ਉਹਨਾਂ ਨੇ ਇਹ ਕਿਹਾ ਜੀ ਕਿ ਜਿਹੜੇ ਅਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਬਿਕਰਮ ਸਿੰਘ ਮਜੀਠੀਆ ਹੋਰੀ ਸਿਆਸੀ ਪਰਿਵਾਰਾਂ ਚੋਂ ਆਏ ਨੇ, ਉਹਨਾਂ ਨੇ ਆਪਣੀ ਪਛਾਣ ਜਿਹੜੀ ਹੈ ਉਹ ਆਪਣੇ ਪਰਿਵਾਰਾਂ ਦੇ ਕਰਕੇ ਬਣਾਈ ਹੈ, ਬਾਦਲ ਪਰਿਵਾਰ ਦੀ ਵਜ੍ਹਾ ਕਰਕੇ ਨਹੀਂ ਜੀ।
ਜੀ ਤੇ ਅਗਲੀ ਜਿਹੜੀ ਗੱਲ ਕਰੀਏ ਵਿਗਾੜ ਤੇ ਲੱਗੇ ਹੋਏ ਪੁਲਿਸ ਮੁਲਾਜ਼ਮ ਥਾਣਿਆਂ 'ਚ ਵਾਪਸੀ। ਐਕਚੁਅਲੀ ਜੀ ਇਹ ਤਾਂ ਸਮੇਂ ਸਮੇਂ ਤੇ ਹਮੇਸ਼ਾ ਗੱਲ ਜਿਹੜੀ ਆ ਉਹ ਚੱਲਦੀ ਰਹੀ ਆ, ਪਰ ਜਦੋਂ ਚੋਣਾਂ ਆਉਂਦੀਆਂ ਨੇ ਨਾ ਜੀ ਉਦੋਂ ਇਹ ਥੋੜਾ ਜਿਹਾ ਹੁੰਦਾ, ਉਸ ਤੋਂ ਬਾਅਦ ਜਦੋਂ ਨਵੀਂ ਧਿਰ ਜਿਹੜੀ ਆ ਕੇ ਬਹਿ ਜਾਂਦੀ ਆ ਸੱਤਾ ਦੇ ਉੱਤੇ ਉਹੀ ਕੰਮ ਜਿਹੜਾ ਜੀ ਉਹ ਪੁਲਿਸੀਆਂ ਤੋਂ ਉਹ ਕਰਵਾਉਣਾ ਸ਼ੁਰੂ ਕਰ ਦਿੰਦੀ ਆ ਜੀ। ਇਹ ਫਾਲਤੂ ਦੀਆਂ ਡਿਊਟੀਆਂ ਨੇ ਜੀ ਜਿਨ੍ਹਾਂ ਦੇ ਉੱਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹ ਆਪਣੀ ਅਸਲ ਡਿਊਟੀ ਉਹਨਾਂ ਨੂੰ ਨਿਭਾਉਣ ਦੇ ਹੁਕਮ ਜਿਹੜੇ ਉਹ ਦਿੱਤੇ ਗਏ ਨੇ। 1000 ਨੇ ਜੀ ਜਿਨ੍ਹਾਂ ਨੂੰ ਅਮਨ ਕਾਨੂੰਨ ਬਣਾਈ ਰੱਖਣ ਤੇ ਜੁਰਮਾਂ ਤੇ ਨੱਥ ਪਾਉਣ ਦੀ ਸਿਖਲਾਈ ਦਿੱਤੀ ਗਈ ਸੀ, ਪਰ ਉਹ ਹੁਣ ਵਿਗਾੜ ਦੇ ਕੰਮ ਛੱਡ ਕੇ ਉਹਨਾਂ ਨੂੰ ਵਾਪਸ ਆਪੋ ਆਪਣੇ ਕੰਮਾਂ ਤੇ ਜਾਣ ਦੇ ਆਦੇਸ਼ ਜਿਹੜੇ ਨੇ ਉਹ ਦਿੱਤੇ ਗਏ ਨੇ ਜੀ। ਪੁਲਿਸ ਜਿਹੜੇ ਕਈ ਸਾਲਾਂ ਤੋਂ ਕਿਸੇ ਪੁਲਿਸ ਅਧਿਕਾਰੀ ਨਾਲ ਸਾਂਝ ਕੇਂਦਰਾਂ, ਸਕੂਲਾਂ ਜਾਂ ਵਿਭਾਗ ਦੀਆਂ ਕੰਟੀਨਾਂ 'ਚ ਇਹ ਲਾਏ ਗਏ ਸੀਗੇ। ਜਦੋਂ ਸਕੂਲਾਂ ਦੇ ਵਿੱਚ ਛੁੱਟੀ ਹੁੰਦੀ ਆ ਤੁਸੀਂ ਅਕਸਰ ਜਿਹੜੇ ਇਹ ਸਿਪਾਹੀ ਨੇ ਜੀ ਉਹ ਅਫਸਰਾਂ ਦੇ ਜਾਂ VIP ਜਿਹੜੇ ਨੇ ਜੀ ਉਹਨਾਂ ਦੇ ਨਿਆਣਿਆਂ ਨੂੰ ਢੋਂਦੇ ਸਵੇਰੇ ਛੱਡ ਕੇ ਆਉਂਦੇ ਜਿਹੜਾ ਜੀ ਉਹ ਅਕਸਰ ਦੇਖ ਸਕਦੇ ਹੋ। ਆਪਣੀਆਂ ਕਾਰਾਂ ਦੇ ਵਿੱਚ ਸਿਲੰਡਰ ਲੈਂਦੇ ਫਿਰਦੇ ਨੇ ਕਿਤੇ ਜਿਹੜੇ ਪੁਲਿਸ ਵਾਲੇ ਇਹਨਾਂ ਦੀਆਂ ਵਿਗਾੜਾਂ ਦੇ ਤੇ ਜੀ। ਹੁਣ ਜਿਹੜੇ ਪੰਜਾਬ ਪੁਲਿਸ ਦੇ ਮੁਖੀ ਨੇ ਸੁਰੇਸ਼ ਅਰੋੜਾ ਹੋਰੀ ਉਹਨਾਂ ਨੇ ਜਿਹੜੇ ਆ ਜੀ ਇਹ ਹੁਕਮ ਦਿੱਤੇ ਨੇ ਕਿ ਜਿਹੜੇ ਸੁਰੱਖਿਆ ਕਾਰਨਾਂ ਕਰਕੇ VIPs ਦੇ ਧਮਕੀਆਂ ਮਿਲਣ ਵਾਲੇ ਆਗੂਆਂ ਦੇ ਨਾਲ ਜਿਹੜਾ ਤਾਇਨਾਤ ਕੁਛ ਜਿਹੜੇ ਨੇ ਉਹਨਾਂ ਨੂੰ ਜ਼ਰੂਰ ਕੀਤਾ ਗਿਆ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਉੱਥੋਂ ਵੀ ਜਿਹੜੀ ਆ ਜੀ ਕੁਛ ਸਿਕਿਉਰਿਟੀ ਲਾਈ ਜਾ ਰਹੀ ਹੈ, ਪਰ ਜਿਹੜੇ ਵਿਗਾੜ ਦੇ ਉੱਤੇ ਗਏ ਹੋਏ ਨੇ ਜੀ ਵੀ ਇੱਕ ਇੱਥੇ ਲਾ ਦਿਓ ਦੋ ਇੱਥੇ ਲਾ ਦਿਓ ਉਹਨਾਂ ਨੂੰ ਜਿਹੜੀ ਪਛਾਣ ਕਰਕੇ ਵਾਪਸ ਜਿਹੜਾ ਜੀ ਉਹ ਸੱਦਿਆ ਜਾ ਰਿਹਾ। ਜਦੋਂ ਇਹ ਵਾਪਸ ਸੱਦ ਲਏ ਜਾਣਗੇ ਅਗਲੇ ਦਿਨ ਸਿਫਾਰਿਸ਼ਾਂ ਜਿਹੜੀਆਂ ਜੀ ਫੇਰ ਪੈਣੀਆਂ ਸ਼ੁਰੂ ਹੋ ਜਾਣਗੀਆਂ ਜੀ। ਇੱਕ ਉਹਨੂੰ ਦੇ ਦਿਓ, ਦੋ ਜਿਹੜੇ ਨੇ ਉਹਨੂੰ ਦੇ ਦਿਓ, ਉੱਥੇ ਇੱਕ ਫੇਰ ਜਿਹੜੇ ਉਹ ਲੱਗ ਜਾਂਦੇ ਨੇ। ਇਹ ਅਖਬਾਰਾਂ ਦੇ ਵਿੱਚ ਖਬਰਾਂ ਜਿਹੜੀਆਂ ਜੀ ਉਹ ਜ਼ਰੂਰ ਲੱਗਦੀਆਂ ਨੇ, ਪਰ ਇਹ ਪੁਲਿਸ ਵਾਲੇ ਜਿਹੜੇ ਨੇ ਜੀ ਕਦੀ ਵੀ ਆਪਣੀ ਅਸਲੀ ਡਿਊਟੀ ਦੇ ਉੱਤੇ ਪਿਛਲੇ ਸਾਲਾਂ ਦੇ ਦੌਰਾਨ, ਪਿਛਲੇ ਦਹਾਕਿਆਂ ਦੇ ਦੌਰਾਨ ਤਾਂ ਕਦੀ ਨਹੀਂ ਲੱਗੇ, ਹੁਣ ਕੋਈ ਜੱਗੋਂ ਤੇਰਵੀਂ ਹੋ ਜੇ ਤਾਂ ਹੋ ਸਕਦਾ ਜੀ ਲੱਗ ਜਾਣ। ਜੀ 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 ਅਗਲੀ ਗੱਲ ਕਰੀਏ ਨੇਪਾਲ ਦੇ ਵਿੱਚ ਮੁਲਜ਼ਮਾਂ ਨੂੰ ਫੜਨ ਗਈ ਜਿਹੜੀ ਪੁਲਿਸ ਆ, ਆਪ ਗ੍ਰਿਫਤਾਰ ਹੋਈ। ਇਹ ਸੰਗਰੂਰ ਡਿਸਟ੍ਰਿਕਟ ਦੀ ਪੁਲਿਸ ਦੀ ਇੱਕ ਪਾਰਟੀ ਸੀਗੀ ਜੀ, ਜਿਹੜੀ ਕਿ ਇੱਥੋਂ ਦੇ ਜਿਹੜੇ ਐਸ ਇੰਸਪੈਕਟਰ ਨੇ ਰੋਸ਼ਨ ਲਾਲ ਇਹਦੀ ਅਗਵਾਈ ਕਰ ਰਹੇ ਸੀ ਅਹਿਮਦਗੜ੍ਹ ਥਾਣੇ ਤੋਂ ਜੀ। ਔਰ ਇਹ ਨੇਪਾਲ ਦੇ ਵਿੱਚ ਇੱਥੇ ਇੱਕ ਐਕਚੁਅਲੀ ਕਤਲ ਹੋਇਆ ਸੀਗਾ ਸੰਗਰੂਰ ਡਿਸਟ੍ਰਿਕਟ ਦੇ ਵਿੱਚ। ਉਹਦੇ ਬਾਰੇ ਇਹ ਪਤਾ ਲੱਗਿਆ ਸੀਗਾ ਕਿ ਕੁਛ ਨੇਪਾਲੀ ਜਿਹੜੇ ਨੇ ਜੀ ਉਹਨਾਂ ਮਜ਼ਦੂਰਾਂ ਨੇ ਇਸ ਦਾ ਕਤਲ ਜਿਹੜਾ ਉਹ ਕੀਤਾ ਸੀਗਾ, ਔਰ ਉਦੋਂ ਬਾਅਦ ਨੇਪਾਲ ਉਹ ਭੱਜ ਗਏ ਸੀਗੇ। ਇਹ ਜਿਹੜੇ ਕਿਉਂਕਿ ਇਹ ਜਿਹੜੀ ਟੀਮ ਸੀਗੀ ਇਹ ਕਿ 47 ਰਾਈਫਲਾਂ ਦੇ ਨਾਲ ਜਿਹੜੀ ਉਹ ਲੈਸ ਦੱਸੀ ਗਈ ਹੈ ਜੀ, ਔਰ ਨੇਪਾਲ ਦੇ ਵਿੱਚ ਮੁਫਤੀ ਜਿਹੜਾ ਥਾਂ ਆ ਉੱਥੇ ਜਿਹੜੇ ਮੁਲਜ਼ਮ ਸੀਗੇ ਇਹਨਾਂ ਨੂੰ ਫੜਨ ਦੇ ਵਾਸਤੇ ਇਹਨਾਂ ਨੇ ਛਾਪੇਮਾਰੀ ਜਿਹੜੀ ਸੀ ਉਹ ਕੀਤੀ। ਜਿਹੜੀ ਨੇਪਾਲ ਦੀ ਪੁਲਿਸ ਸੀ ਜੀ ਉਹਨੂੰ ਇਹਦੀ ਜਾਣਕਾਰੀ ਮਿਲ ਗਈ, ਔਰ ਨੇਪਾਲ ਦੀ ਪੁਲਿਸ ਨੇ ਇਸ ਪੁਲਿਸ ਨੂੰ ਹੀ ਹਿਰਾਸਤ ਦੇ ਵਿੱਚ ਲੈ ਲਿਆ ਜੀ। ਅਜੇ ਤੱਕ ਇਹਨਾਂ ਨੂੰ ਜਿਹੜਾ ਛੱਡਿਆ ਨਹੀਂ ਗਿਆ, ਛਡਾਉਣ ਦੇ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਪੰਜਾਬ ਦੀ ਪੁਲਿਸ ਦੇ ਵੱਲੋਂ, ਔਰ ਭਾਰਤ ਸਰਕਾਰ ਦੇ ਵੱਲੋਂ ਜਿਹੜਾ ਜੀ ਉਹ ਦਖਲ ਦਿੱਤਾ ਜਾ ਰਿਹਾ। ਸ਼ਾਇਦ ਹੋ ਸਕਦਾ ਜੀ ਕਿ ਨੇਪਾਲ ਨੂੰ ਉਹ ਪੰਜਾਬ ਦਾ ਹੀ ਕੋਈ ਸ਼ਹਿਰ ਸਮਝ ਕੇ ਜਿਹੜਾ ਜੀ ਉਹ ਉਹਨਾਂ ਨੇ ਧਾਵਾ ਬੋਲਤਾ ਹੋਵੇ ਵੀ ਕਿਹੜਾ ਕੋਈ ਪੁੱਛਣ ਵਾਲਾ ਜੀ। ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਨੂੰ ਜਿਹੜਾ ਜੀ ਪੁੱਛਿਆ ਦੱਸਿਆ ਨਹੀਂ ਗਿਆ ਉਸ ਜਗ੍ਹਾ ਦਿੱਤੇ, ਜਦੋਂ ਕਿ ਉੱਥੇ ਜਾ ਕੇ ਪਹਿਲਾਂ ਜਿਹੜਾ ਜੀ ਉਹ ਪੁਲਿਸ ਦੇ ਨਾਲ ਉਹਨੂੰ ਪੂਰੀ ਇਨਫੋਰਮੇਸ਼ਨ ਜਿਹੜੀ ਹੈ ਜੀ ਉਹ ਦੇਣੀ ਹੁੰਦੀ ਹੈ। ਪਰ ਕਿਉਂਕਿ ਆਦਤ ਪੈ ਜਾਂਦੀ ਹੈ ਜੀ ਇਹਨਾਂ ਚੀਜ਼ਾਂ ਦੀ ਕਿ ਪੁੱਛਣ ਦੱਸਣ ਦੀ ਜਿਹੜੀ ਹੈ ਜੀ ਉਹ ਕਿਸੇ ਨੂੰ ਜ਼ਰੂਰਤ ਹੀ ਨਹੀਂ ਹੈ, ਉਸੇ ਆਦਤ ਦੇ ਤਹਿਤ ਹੀ ਇਹ ਹੁਣ ਜਿਹੜਾ ਜੀ ਉੱਥੇ ਮੁਸੀਬਤ ਦੇ ਵਿੱਚ ਜਾ ਕੇ ਨੇਪਾਲ ਦੇ ਵਿੱਚ ਫਸ ਗਏ ਨੇ। ਔਰ ਇਹ ਜਿਹੜੇ ਗਈ ਸੀਗੀ ਜੀ ਟੀਮ 5 ਮੈਂਬਰੀ ਇਹ ਟੀਮ ਸੀਗੀ ਜੀ ਹਥਿਆਰਬੰਦ ਟੀਮ, ਜਿਹਨੂੰ ਕਿ ਉੱਥੇ ਗ੍ਰਿਫਤਾਰ ਕੀਤਾ ਗਿਆ ਜੀ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ ਜਿਹੜੀਆਂ ਖੇਡ ਹਸਤੀਆਂ ਨੇ ਉਹਨਾਂ ਨੂੰ ਪਸੰਦ ਨਹੀਂ ਆ ਰਹੀ ਗੱਲ ਵੀ ਜਿਹੜਾ ਸਲਮਾਨ ਖਾਨ ਆ ਉਹਨਾਂ ਉਸ ਨੂੰ ਜਿਹੜਾ ਮੇਨ ਉਹ ਬਣਾਇਆ ਜਾ ਰਿਹਾ ਆ ਰੀਓ ਓਲੰਪਿਕ ਖੇਡਾਂ ਦੇ ਲਈ। ਚਲੋ ਜੀ ਇਹਨੂੰ ਜਿਹੜਾ ਜੀ ਸਲਮਾਨ ਖਾਨ ਹੈ ਜੀ ਉਹਨੂੰ ਮੁਲਕ ਦੇ ਜਿਹੜਾ ਓਲੰਪਿਕ ਦਸਤਾ ਜਾਣਾ ਜਿਹੜਾ ਖਿਡਾਰੀ ਜਾਣੇ ਨੇ ਉਹਦੇ ਵਿੱਚ ਸਦਭਾਵਨਾ ਦੂਤ ਜਿਹੜਾ ਜੀ ਉਹ ਲਾਇਆ ਗਿਆ। ਔਰ ਜਿਹੜੀਆਂ ਖੇਡ ਹਸਤੀਆਂ ਨੇ ਜਿਹਦੇ ਵਿੱਚ ਯੋਗੇਸ਼ਵਰ ਦੱਤ ਪਹਿਲਵਾਨ ਸ਼ਾਮਿਲ ਨੇ, ਫਲਾਇੰਗ ਸਿੱਖ ਮਿਲਖਾ ਸਿੰਘ ਹੋਰੀ ਸ਼ਾਮਿਲ ਨੇ, ਹਾਕੀ ਟੀਮ ਦੇ ਦੋ ਕਪਤਾਨ ਪ੍ਰਗਟ ਸਿੰਘ ਤੇ ਧਨਰਾਜ ਪਿੱਲੇ ਸ਼ਾਮਿਲ ਨੇ ਜੀ। ਇਹਨਾਂ ਸਾਰਿਆਂ ਨੇ ਜ਼ਬਰਦਸਤ ਵਿਰੋਧ ਜਿਹੜਾ ਜੀ ਉਹ ਕੀਤਾ। ਇਹ ਜਿਹੜੀਆਂ ਹਸਤੀਆਂ ਨੇ ਉਹਨਾਂ ਨੇ ਜਿਹੜਾ ਜੀ ਰੋਸਦਾਰ ਕੀਤਾ ਕਿ ਸਰਕਾਰ ਨੂੰ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਬਾਲੀਵੁੱਡ ਜਾਂ ਕ੍ਰਿਕਟ ਸਟਾਰ ਜਿਹੜੇ ਨੇ ਉਹਨਾਂ ਤੋਂ ਬਿਨਾਂ ਕੋਈ ਹੋਰ ਦੀਂਦਾ ਹੀ ਨੀਗਾ। ਜੀ ਸਲਮਾਨ ਖਾਨ ਜਿਹੜਾ ਕਿ ਉਹਦੀ ਐਕਚੁਅਲੀ ਫਿਲਮ ਆਉਣ ਵਾਲੀ ਹੈ ਸੁਲਤਾਨ, ਉਹਦੇ ਵਿੱਚ ਉਹ ਪਹਿਲਵਾਨ ਦਾ ਰੋਲ ਨਿਭਾ ਰਿਹਾ।
ਜਦੋਂ ਕਿ ਇਹ ਲੋਕ ਜਿਹੜੇ ਨੇ ਜੀ ਇਹ ਰੀਅਲ ਹੀਰੋ ਨੇ ਜਿਨ੍ਹਾਂ ਨੇ ਵੱਖ ਵੱਖ ਖੇਡਾਂ ਦੇ ਵਿੱਚ ਮੁਲਕ ਦਾ ਨਾਮ ਜਿਹੜਾ ਜੀ ਉਹ ਉੱਚਾ ਕੀਤਾ ਔਰ ਜਿਹੜੇ ਇਹਨਾਂ ਦਾ ਜਿਹੜਾ ਕਹਿਣਾ ਹੈ ਜਿਹੜਾ ਇਹਨਾਂ ਦਾ ਤਰਕ ਹੈ ਉਹ ਬਿਲਕੁਲ ਸਹੀ ਹੈ ਕਿ ਇਉਂ ਤੁਸੀਂ ਕਿਸੇ ਫਿਲਮੀ ਸਿਤਾਰੇ ਨੂੰ ਜਿਹੜਾ ਮੂਹਰੇ ਲਾ ਰਹੇ ਹੋ ਇਹ ਸਿਤਾਰੇ ਜਿਹੜੇ ਉਹ ਨੋਨ ਨੇ ਮਿਲਖਾ ਸਿੰਘ ਹੁਰੀ ਹੋ ਗਏ ਪ੍ਰਗਟ ਸਿੰਘ ਹੁਰੀ ਹੋ ਗਏ ਧਨਰਾਜ ਪਿੱਲੇ ਹੋ ਗਏ ਯੋਗੇਸ਼ਵਰ ਦੱਤ ਜਿਹੜਾ ਜੀ ਉਹ ਹੋ ਗਿਆ ਕਿੰਨੇ ਨਾਮ ਨੇ ਇੱਕ ਬੜੀ ਲੰਮੀ ਚੌੜੀ ਲਿਸਟ ਹੈ ਜੇ ਉਹਨਾਂ ਦੇ ਵਿੱਚੋਂ ਕਿਸੇ ਨੂੰ ਲਾਇਆ ਜਾਂਦਾ ਇਹ ਇੱਜ਼ਤ ਉਹਨਾਂ ਦੀ ਬਣਦੀ ਹੈ ਪਰ ਜਿਹੜੇ ਕਿਉਂਕਿ ਜਿਹੜੇ ਖੇਡ ਅਦਾਰੇ ਨੇ ਖੇਡ ਤੁਸੀਂ ਮੰਤਰਾਲੇ ਨੂੰ ਛੱਡ ਦਿਓ ਸੈਂਟਰ ਦੇ ਖੇਡ ਅਦਾਰੇ ਜਿਹੜੇ ਨੇ ਇੱਥੇ ਸਾਈਕਲਿੰਗ ਦੇ ਇੰਚਾਰਜ ਉਹ ਹੋਣਗੇ ਜਿਹਨਾਂ ਨੇ ਕਦੇ ਸਾਈਕਲ ਦਾ ਪੈਡਲ ਨਹੀਂ ਮਾਰਿਆ ਹੁੰਦਾ ਜੀ ਹਾਕੀ ਦੇ ਇੰਚਾਰਜ ਉਹ ਹੁੰਦੇ ਨੇ ਜਿਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਹਾਕੀ ਦੀ ਸਿੱਧ ਪੁੱਠ ਕਿਹੜੇ ਪਾਸੇ ਹੁੰਦੀ ਹੈ ਉਸੇ ਤਰੀਕੇ ਦੇ ਨਾਲ ਇਹ ਸਲਮਾਨ ਨੂੰ ਜਿਹੜਾ ਜੀ ਉਹ ਰੀਓ ਓਲੰਪਿਕ ਦੇ ਵਿੱਚ ਲਾ ਦਿੱਤਾ ਗਿਆ ਸ਼ਾਇਦ ਇਸ ਕਰਕੇ ਉਹਦੀ ਫਿਲਮ ਦੀ ਜਿਹੜੀ ਆ ਜੀ ਉਹ ਪ੍ਰਮੋਸ਼ਨ ਹੋ ਜੂਗੀ ਕੋਈ ਨਾ ਕੋਈ ਕਹਾਣੀ ਤਾਂ ਪਿੱਛੇ ਹੋਰ ਹੀ ਜਿਹੜੀ ਆ ਉਹ ਲੁਕੀ ਹੋਈ ਹੋਊਗੀ ਕਿ ਕਿਹਦੀ ਵਜ੍ਹਾ ਕਰਕੇ ਇਹਨੂੰ ਉੱਥੇ ਲਾਇਆ ਗਿਆ ਔਰ ਆਈ ਥਿੰਕ ਜਿਸ ਤਰੀਕੇ ਦੇ ਨਾਲ ਇਹਨਾਂ ਸਾਰੇ ਜਿਹੜੇ ਨੌਨ ਖਿਡਾਰੀ ਨੇ ਸਾਬਕਾ ਉਹਨਾਂ ਨੇ ਵਿਰੋਧ ਕੀਤਾ ਉਦੋਂ ਬਾਅਦ ਵਿਰੋਧ ਦਾ ਜਿਹੜਾ ਸੇਕ ਹੈ ਜੀ ਇਹ ਸਰਕਾਰ ਤੱਕ ਜਾਊਗਾ ਜ਼ਰੂਰ ਔਰ ਇਹ ਜਿਹੜਾ ਜੀ ਇਹਦੇ ਉੱਤੇ ਰੋਕਣਾ ਜ਼ਰੂਰ ਚਾਹੀਦਾ ਔਰ ਇਹ ਬਣਦੀ ਜਿਹੜੀ ਰਿਸਪੈਕਟ ਹੈ ਇਹ ਸਾਬਕਾ ਖਿਡਾਰੀਆਂ ਦੀ ਰਿਸਪੈਕਟ ਬਣਦੀ ਹੈ ਜੀ ਬਿਲਕੁਲ ਜੀ ਹੱਡ ਪੈਰ ਉਹ ਤੋੜ ਕੇ ਜਿੰਨੇ ਕੁ ਵੀ ਤਗਮੇ ਲੈ ਕੇ ਆਏ ਉਹਨਾਂ ਲਿਆਉਂਦੇ ਆ ਇਹਨਾਂ ਨੇ ਤਾਂ ਪੈਸੇ ਹੀ ਕਮਾਏ ਆ ਉਹਨਾਂ ਦੇ ਜੀਵਨੀਆਂ ਦੇ ਉੱਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਸਾਕਾ ਨੀਲਾ ਤਾਰਾ ਨੂੰ ਲੈ ਕੇ ਇੱਕ ਨਵੀਂ ਕਿਤਾਬ ਆਈ ਹੈ ਉਸ ਦੇ ਵਿੱਚ ਹੋਰ ਖੁਲਾਸੇ ਹੋਏ ਆ ਐਕਚੁਲੀ ਜੀ ਇੱਥੇ ਬੀਜੇਪੀ ਦੇ ਆਗੂ ਜਿਹੜੇ ਹੁਣੇ ਹੁਣੇ ਬਣਾਏ ਗਏ ਆ ਜੀ ਰਾਜ ਸਭਾ ਦੇ ਮੈਂਬਰ ਸੁਬਰਾਮਣੀਅਮ ਸਵਾਮੀ ਆਏ ਸੀਗੇ ਜੀ ਦੋ ਤਿੰਨ ਜਿਹੜੀਆਂ ਬਹਿਸ ਨੇ ਉਹ ਇੱਕ ਵਾਰੀ ਫਿਰ ਸਾਕਾ ਨੀਲਾ ਤਾਰਾ ਦੇ ਸੰਬੰਧ ਵਿੱਚ ਛਿੜੀਆਂ ਨੇ ਸੁਬਰਾਮਣੀਅਮ ਸਵਾਮੀ ਹੋਰਾਂ ਨੇ ਇੱਥੇ ਆ ਕੇ ਇਹ ਕਹਿ ਦਿੱਤਾ ਜੀ ਕਿ ਉਹ ਨਹੀਂ ਸਮਝਦੇ ਕਿ ਜਰਨੈਲ ਸਿੰਘ ਭਿੰਡਰਾ ਵਾਲੇ ਅੱਤਵਾਦੀ ਸਨ ਉਹ ਕਹਿੰਦੇ ਮੈਂ ਉਹਨਾਂ ਨੂੰ ਕਈ ਵਾਰੀ ਜਿਹੜਾ ਉਹ ਮਿਲਿਆ ਸੀਗਾ ਔਰ ਉਹਨਾਂ ਨੇ ਇਹ ਵੀ ਗੱਲ ਆਖੀ ਕਿ ਜਿਹੜਾ ਸਾਕਾ ਨੀਲਾ ਤਾਰਾ ਸੀਗਾ ਇਹ ਤਾਂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਦੇ ਕਹਿਣ ਦੇ ਉੱਤੇ ਇੰਦਰਾ ਗਾਂਧੀ ਨੇ ਕੀਤਾ ਸੀਗਾ ਹੁਣ ਸੁਬਰਾਮਣੀਅਮ ਸਵਾਮੀ ਹੋਰਾਂ ਨੇ ਸ਼ਾਇਦ ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਦੀ ਕਿਤਾਬ ਨਹੀਂ ਪੜ੍ਹੀ ਮਾਈ ਕੰਟਰੀ ਮਾਈ ਲਾਈਫ ਉਹਦੇ ਵਿੱਚ ਉਹ ਹੀ ਕਹਿੰਦੇ ਨੇ ਕਿ ਇੰਦਰਾ ਗਾਂਧੀ ਹੋਰੀ ਤਾਂ ਹਿਚਕਚਾਉਂਦੇ ਸੀ ਇਹ ਤਾਂ ਬੀਜੇਪੀ ਨੇ ਕਰਵਾਇਆ ਜੀ ਸਾਕਾ ਨੀਲਾ ਤਾਰਾ ਜ਼ੋਰ ਦੇ ਕੇ ਔਰ ਪ੍ਰੈਸ਼ਰ ਪਵਾ ਕੇ ਔਰ ਉਹਨਾਂ ਨੇ ਵਧਾਈ ਵੀ ਜਿਹੜੀ ਆ ਜੀ ਉਹ ਪਾਰਲੀਮੈਂਟ ਦੇ ਵਿੱਚ ਦਿੱਤੀ ਸੀ ਦੁਰਗਾ ਦਾ ਖਿਤਾਬ ਵੀ ਦਿੱਤਾ ਸੀ ਬੀਜੇਪੀ ਨੇ ਹਰਸਿਮਰਤ ਕੌਰ ਬਾਦਲ ਹੋਰੀ ਜਿਹੜੇ ਜੀ ਉਹ ਕਹਿੰਦੇ ਸਾਕਾ ਨੀਲਾ ਤਾਰਾ ਦੇ ਸੰਬੰਧ ਦੇ ਵਿੱਚ ਜਿਹੜੀਆਂ ਫਾਈਲਾਂ ਨੇ ਉਹ ਜਨਤਕ ਹੋਣੀਆਂ ਚਾਹੀਦੀਆਂ ਨੇ ਜੀ ਇਹ ਨਹੀਂ ਸਮਝ ਆ ਰਹੀ ਜੀ ਕਿ ਬੀਬੀ ਹਰਸਿਮਰਤ ਕੌਰ ਬਾਦਲ ਹੋਰੀ ਇਹ ਕਿਹਦੇ ਤੋਂ ਮੰਗ ਕਰ ਰਹੇ ਨੇ ਸਰਕਾਰ ਦਾ ਤਾਂ ਉਹ ਪਾਰਟ ਨੇ ਉਹ ਕਿਉਂ ਨਹੀਂ ਇਹ ਜਿਹੜੀਆਂ ਫਾਈਲਾਂ ਦੀ ਜਾਰੀ ਕਰਵਾ ਲੈਂਦੇ ਇਹਦੇ ਦੌਰਾਨ ਇੱਕ ਕਿਤਾਬ ਜਿਹੜੇ ਇੱਕ ਪੱਤਰਕਾਰ ਨੇ ਉਹਨਾਂ ਦੀ ਜਸਪਾਲ ਸਿੰਘ ਸਿੱਧੂ ਉਹਨਾਂ ਦੀ ਕਿਤਾਬ ਜਿਹੜੀ ਹੈ ਜੀ ਇਹ ਨਵੀਂ ਜਿਹੜੀ ਇੱਕ ਰਿਲੀਜ਼ ਹੋਈ ਹੈ ਇਹਦਾ ਨਾਮ ਜਿਹੜਾ ਕਿਤਾਬ ਦਾ ਹੈਗਾ ਜੀ ਜੂਨ 84 ਦੀ ਪੱਤਰਕਾਰੀ ਔਰ ਇਹਦੇ ਵਿੱਚ ਜਿਹੜਾ ਜੀ ਖੁਲਾਸਾ ਇੱਕ ਅਹਿਮ ਇਹ ਕੀਤਾ ਗਿਆ ਕਿ ਇਸ ਵੇਲੇ ਜਿਹੜੇ ਮੇਨ ਸੁਰੱਖਿਆ ਸਲਾਹਕਾਰ ਨੇ ਜੀ ਅਜੀਤ ਡੋਵਾਲ ਜੀ ਇਹ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਿਹੜਾ ਜੀ ਉਹ ਰਹਿੰਦੇ ਰਹੇ ਨੇ ਔਰ ਇਹ ਇਸ ਕਿਤਾਬ ਦੇ ਵਿੱਚ ਜਿਹੜਾ ਜੀ ਇਹ ਖੁਲਾਸਾ ਇਹ ਕੀਤਾ ਗਿਆ ਕਿ ਦਰਬਾਰ ਸਾਹਿਬ ਦੇ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਨੇ ਉਹ ਉਦੋਂ IB ਦੇ ਆਫਿਸਰ ਸਨ ਔਰ ਉਹ ਇਹ ਕਹਿ ਕੇ ਇੱਥੇ ਸ਼ਾਮਿਲ ਹੋ ਰਹੇ ਸਨ ਕਿ ਉਹ ਉਹਨਾਂ ਦੇ ਜਿਹੜਾ ਜੀ ISI ਦੇ ਕਰਨਲ ਨੇ ਤੇ ਤੁਹਾਡੀ ਮਦਦ ਦੇ ਵਾਸਤੇ ਜਿਹੜਾ ਜੀ ਇੱਥੇ ਆਏ ਹੋਏ ਨੇ ਉਹਨਾਂ ਨੂੰ ਜਿਹੜਾ ਜਦੋਂ ਹੋਇਆ ਬਲੈਕ ਥੰਡਰ ਉਹਦੀ ਸਫਲਤਾ ਦੇ ਬਦਲੇ ਕੀਰਤੀ ਚੱਕਰ ਦੇ ਨਾਲ ਵੀ ਸਨਮਾਨਿਤ ਜਿਹੜਾ ਉਹ ਕੀਤਾ ਗਿਆ ਸੀਗਾ ਅਜੀਤ ਡੋਵਾਲ ਹੋਰਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਹੀ ਹੁਣ ਜਿਹੜਾ ਜੀ ਸੁਰੱਖਿਆ ਸਲਾਹਕਾਰ ਲਾਇਆ ਪ੍ਰਧਾਨ ਮੰਤਰੀ ਹੋਰਾਂ ਦੇ ਨਾਲ ਸੋ ਇਹ ਜਿਹੜੇ ਜਵਾਬ ਨੇ ਇਹਦਾ ਜਵਾਬ ਸੁਬਰਾਮਣੀਅਮ ਸਵਾਮੀ ਹੋਰਾਂ ਕੋਲੇ ਸ਼ਾਇਦ ਜਿਹੜਾ ਜੀ ਉਹ ਨਾ ਹੋਵੇ ਇਹ ਜਿਹੜੀ ਨਵੀਂ ਕਿਤਾਬ ਦਾ ਖੁਲਾਸਾ ਹੈ ਸੋ ਕਿਤਾਬਾਂ ਤਾਂ ਇਹਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਉਹ ਆਈਆਂ ਨੇ ਵੈਸੇ ਕਿਤਾਬ ਜਿਹੜੀ ਆ ਜੀ ਉਹ ਜਿਹੜੀ ਉਹ ਪੜ੍ਹਨੀ ਹੋਵੇ ਪੜ੍ਹਨੀਆਂ ਹੋਣ ਤਾਂ ਬਹੁਤ ਸਾਰੀਆਂ ਜਿਹੜੀਆਂ ਉਹ ਕਿਤਾਬਾਂ ਨੇ ਓਪਨ ਸੀਕਰੇਟ ਕਿਸੇ ਨੂੰ ਭੁੱਲੀ ਥੋੜ੍ਹੀ ਆ ਜੀ ਹੁਣ ਇਹ ਨਵੀਂ ਕਿਤਾਬ ਜਿਹੜੀ ਆਈ ਹੈ ਪਰ ਸੁਬਰਾਮਣੀਅਮ ਸਵਾਮੀ ਹੋਰਾਂ ਦਾ ਬਿਆਨ ਜਾਂ ਬੀਬੀ ਹਰਸਿਮਰਤ ਕੌਰ ਹੋਰਾਂ ਦਾ ਜਿਹੜਾ ਬਿਆਨ ਜੀ ਮੇਰਾ ਖਿਆਲ ਮੇਰਾ ਤਾਂ ਪੁਆਇੰਟ ਇਹਦੇ ਵਿੱਚ ਇਹ ਵੀ ਹੈ ਜੀ ਕਿ ਜਿਹੜਾ ਇੱਕ ਵਾਈਟ ਪੇਪਰ ਜਾਰੀ ਹੋਇਆ ਸੀਗਾ ਉਹ ਅੱਜ ਕੱਲ੍ਹ ਲੱਭ ਨਹੀਂ ਰਿਹਾ ਜੀ ਕਿਤੋਂ ਵੀ ਕਿਉਂਕਿ ਉਹਨੂੰ ਗਾਇਬ ਕੀਤਾ ਗਿਆ ਜੇ ਉਹ ਸਾਹਮਣੇ ਆ ਜੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 80 ਮਿਆਂ ਦੇ ਵਿੱਚ ਜਾਰੀ ਕੀਤਾ ਸੀਗਾ ਉਹਦੇ ਵਿੱਚ ਬੜਾ ਕੁਛ ਹੈ ਜੀ ਉਹਦੇ ਵਿੱਚ ਪੂਰੇ ਖੁਲਾਸੇ ਨੇ ਕਿ ਜਿਹੜਾ
ਅੰਮ੍ਰਿਤਸਰ ਦੇ ਵਿੱਚ ਜਿਹੜਾ ਰੇਲਵੇ ਸਟੇਸ਼ਨ ਹੈ ਉੱਥੇ ਦਰਬਾਰ ਸਾਹਿਬ ਦਾ ਲੱਗਿਆ ਹੋਇਆ ਮਾਡਲ ਜਿਹੜਾ ਸੀਗਾ ਉਹ ਕਿਹਨੇ ਤੋੜਿਆ ਸੀਗਾ ਜੀ, ਸਿਗਰਟਾਂ ਜਿਹੜੀਆਂ ਜੀ ਉਹ ਗੁਰੂਆਂ ਦੀਆਂ ਫੋਟੋਆਂ ਦੇ ਉੱਤੇ ਕਿਹਨੇ ਲਾਈਆਂ ਸੀਗੀਆਂ ਤੇ ਉਦੋਂ ਨਾਰੇ ਜਿਹੜੇ ਉਹ ਕਿਹਨੇ ਲਾਏ ਸੀਗੇ, ਕੱਛ ਕੜਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ, ਇਹ ਜਿਹੜੇ ਨਾਰੇ ਲਾਉਣ ਵਾਲੇ ਸੀ ਉਸੇ ਬੰਦੇ ਦੇ ਨਾਂ ਦੇ ਉੱਤੇ ਬੀਜੇਪੀ ਦਾ ਅੱਜ ਦਫ਼ਤਰ ਆ ਜੀ ਅੰਮ੍ਰਿਤਸਰ ਦੇ ਵਿੱਚ ਜੀ। ਇਹ ਗੱਲਾਂ ਜਿਹੜੀਆਂ ਨੇ ਸ਼ਾਇਦ ਜਿਹੜੇ ਲੀਡਰ ਨੇ ਉਹ ਇਹ ਸਮਝਦੇ ਨੇ ਕਿ ਪੁਰਾਣਾ ਹੀ ਸਮਾਂ ਆ, ਉਸੇ ਤਰੀਕੇ ਦੇ ਨਾਲ ਜੋ ਉਹ ਕਹਿ ਜਾਣਗੇ ਉਹ ਬਿਲਕੁਲ ਸਹੀ ਹੋਊਗਾ। ਪਰ ਇਹਦਾ ਦੂਸਰਾ ਪੱਖ ਇਹ ਆ ਜੀ ਕਿ ਲੋਕ ਜਿਹੜੇ ਨੇ ਉਹ ਭਲੀ ਭਾਂਤ ਜਾਣਦੇ ਨੇ ਕਿ ਉਦੋਂ ਰਿਐਲਿਟੀ ਕੀ ਸੀ, ਹੁਣ ਇਹ ਕੀ ਕਹਿ ਰਹੇ ਨੇ। ਜੀ ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਜਿਹੜੀ ਹਿੰਦੁਸਤਾਨ ਦੀ ਸ਼ਿਵ ਸੈਨਾ ਕਹਿੰਦੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਤਰੇਗੀ ਜੀ। ਐਕਚੁਲੀ ਸ਼ਿਵ ਸੈਨਾ ਦੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਤਾਂ ਵੱਧ ਰਹੀਆਂ ਨੇ। ਜਿਹੜਾ ਇੱਕ ਕਤਲ ਕੀਤਾ ਗਿਆ ਜੀ ਖੰਨੇ ਦੇ ਵਿੱਚ, ਉਹਦੀ ਕਰਕੇ ਕੱਲ੍ਹ ਖੰਨਾ ਜਿਹੜਾ ਜੀ ਉਹ ਜਾਮ ਵੀ ਰੱਖਿਆ ਜੀ ਸ਼ਿਵ ਸੈਨਾ ਵਾਲਿਆਂ ਨੇ ਕਾਫੀ ਘੰਟਿਆਂ ਬੱਧੀ। ਹੁਣ ਇਹ ਜਿਹੜੀ ਸ਼ਿਵ ਸੈਨਾ ਹਿੰਦੁਸਤਾਨ ਹੈ ਉਹਨੇ ਭਾਰਤੀ ਜਨਤਾ ਪਾਰਟੀ ਦਾ ਕਥਿਤ ਹਿੰਦੂ ਵਿਰੋਧੀ ਚਿਹਰਾ ਬੇਨਕਾਬ ਕਰਨ ਦੇ ਵਾਸਤੇ 17 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਪੱਧਰ ਦੇ ਉੱਤੇ ਲੜਨ ਦਾ ਐਲਾਨ ਕੀਤਾ ਜੀ। ਸ਼ਿਵ ਸੈਨਾ ਨੇ ਪੰਜਾਬ ਦੀਆਂ ਘੱਟੋ ਘੱਟ 40 ਵਿਧਾਨ ਸਭਾ ਹਲਕਿਆਂ ਦੇ ਵਿੱਚ ਆਪਣੇ ਉਮੀਦਵਾਰ ਖੜੇ ਕਰਨ ਦੀ ਰਣਨੀਤੀ ਜਿਹੜੀ ਆ ਉਹ ਬਣਾਈ ਹੈ। ਭਾਜਪਾ ਪੰਜਾਬ ਦੇ ਮੁੱਖ ਦਫ਼ਤਰ ਦਾ ਘਿਰਾਓ ਕਰਕੇ ਸ਼ਿਵ ਸੈਨਾ ਨੇ ਦੋਸ਼ ਲਾਇਆ ਕਿ ਭਾਜਪਾ ਦੀ ਲੀਡਰਸ਼ਿਪ ਨੇ ਸੱਤਾ ਦਾ ਆਨੰਦ ਮਾਨਣ ਦੇ ਤੇ ਹਿੰਦੂਆਂ ਨੂੰ ਅਕਾਲੀ ਦਲ ਕੋਲੇ ਗਹਿਣੇ ਰੱਖ ਦਿੱਤਾ, ਜਿਹਦੇ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣ ਵਾਲਾ ਹਿੰਦੂ ਭਾਈਚਾਰਾ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ। ਜਿਹੜੀ ਸ਼ਿਵ ਸੈਨਾ ਹਿੰਦੁਸਤਾਨ ਹੈ ਉਹ ਕਹਿੰਦੀ ਆ ਕਿ 9 ਸਾਲ ਤੋਂ ਭਾਜਪਾ ਨੇ ਅੱਤਵਾਦ ਦੇ ਦੌਰਾਨ ਮਾਰੇ ਗਏ ਹਿੰਦੂਆਂ ਦੇ ਪਰਿਵਾਰਾਂ ਨੂੰ ਰਾਹਤ ਦੇਣ ਲਈ ਮੂੰਹ ਨਹੀਂ ਖੋਲਿਆ। ਪਾਰਟੀ ਇਹ ਵੀ ਕਹਿੰਦੀ ਹੈ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਯਾਦਗਾਰ ਬਣਾਏ ਜਾਣ ਤੇ ਵੀ ਭਾਜਪਾ ਨੇ ਚੁੱਪ ਰਹਿ ਕੇ ਹਿੰਦੂਆਂ ਦੇ ਨਾਲ ਜਿਹੜਾ ਜੀ ਉਹ ਧਰੋਹ ਕਮਾਇਆ। ਤੇ ਉਹ ਇਸ ਕਹਿੰਦੀ ਹੈ ਕਿ ਜਿਹੜਾ ਜੀ ਇਹਦਾ ਇਲਾਜ ਇਹੀ ਹੈ ਕਿ ਅਸੀਂ ਜਿਹੜੀਆਂ ਚੋਣਾਂ ਨੇ ਉਹ ਲੜਾਂਗੇ। ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਜਿਹੜੇ ਵੱਖ ਵੱਖ ਹਿੰਦੂ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਪਿਛਲੇ ਦਿਨਾਂ ਦੇ ਦੌਰਾਨ ਨਿਸ਼ਾਨਾ ਜਿਹੜਾ ਜੀ ਉਹ ਬਣਾਇਆ ਗਿਆ ਔਰ ਕਦੀ ਵੀ ਭਾਰਤੀ ਜਨਤਾ ਪਾਰਟੀ ਨੇ ਇਹਦੇ ਸੰਬੰਧ ਦੇ ਵਿੱਚ ਮੂੰਹ ਨਹੀਂ ਖੋਲਿਆ। 40 ਸੀਟਾਂ ਤੇ ਲੜਨ ਦੀ ਗੱਲ ਆਖੀ ਹੈ ਪਰ ਇਹ ਵੀ ਕਿਹਾ ਜਾ ਰਿਹਾ ਕਿ ਜਿੱਥੇ ਜਿੱਥੇ ਬੀਜੇਪੀ ਦੇ ਉਮੀਦਵਾਰ ਖੜੇ ਹੋਣਗੇ ਉੱਥੋਂ ਉੱਥੋਂ ਸ਼ਿਵ ਸੈਨਾ ਜਿਹੜੀ ਆ ਜੀ ਉਹ ਆਪਣੇ ਉਮੀਦਵਾਰ ਖੜੇ ਕਰ ਸਕਦੀ ਹੈ। ਕਿੰਨਾ ਕੁ ਉਹ ਡੈਂਟ ਪਾਉਣਗੇ ਜਾਂ ਰੀਅਲ ਦੇ ਵਿੱਚ ਉਹ ਖੜੇ ਕਰਨਗੇ ਜਾਂ ਇਹ ਧਮਕੀ ਆ, ਇਹਦੇ ਵਾਸਤੇ ਤਾਂ ਮੇਰਾ ਖਿਆਲ ਆਉਣ ਵਾਲਾ ਟਾਈਮ ਵੀ ਦੱਸੂਗਾ ਜੀ। ਜੀ ਜੀ। ਤੇ ਅਗਲੀ ਜੇ ਆਪਾਂ ਗੱਲ ਕਰ ਲਈਏ ਕੈਨੇਡਾ ਦੇ ਵਿੱਚ ਕੈਪਟਨ ਅਮਰਿੰਦਰ ਹੁਣਾਂ ਦੀ ਜਿਹੜੀ ਫੇਰੀ ਆ ਰੱਦ ਹੋ ਗਈ ਆ। ਹਾਲ ਦੀ ਘੜੀ ਇਹ ਕਿਹਾ ਗਿਆ ਜੀ ਕਿ ਉਹ ਇਸ ਫੇਰੀ ਦੇ ਉੱਤੇ ਨਹੀਂ ਜਾ ਰਹੇ ਕਿਉਂਕਿ ਉਹਨਾਂ ਨੂੰ ਜਿਹੜਾ ਅਦਾਲਤ ਦੇ ਵਿੱਚ ਇੱਕ ਪਾਇਆ ਗਿਆ ਜੀ ਉੱਥੇ ਸਿੱਖਸ ਫਾਰ ਜਸਟਿਸ ਦੇ ਵੱਲੋਂ ਉਹ ਫਰਾਈਡੇ ਸ਼ਾਮ ਨੂੰ ਪਾਇਆ ਗਿਆ ਜਦੋਂ ਪਤਾ ਸੀ ਉਸ ਦਿਨ ਸੁਣਵਾਈ ਨਹੀਂ ਹੋ ਸਕਦੀ। ਮੰਡੇ ਤੱਕ ਦਾ ਉਹਨਾਂ ਨੇ ਸਮਾਂ ਦਿੱਤਾ ਜੀ 12:30 ਤੱਕ ਜੇ ਕੈਪਟਨ ਅਮਰਿੰਦਰ ਸਿੰਘ ਆਉਂਦੇ ਨੇ ਤੇ ਤਾਂ ਜਿਹੜਾ ਜੀ ਉਹ ਅਗਲੀ ਕਾਰਵਾਈ ਜਿਹੜੀ ਉਹ ਕਰਨਗੇ। ਕਾਰਵਾਈ ਕੀ ਕਰਨਗੇ ਉਹ ਤਾਂ ਪਤਾ ਹੀ ਹੈ, ਅਦਾਲਤ ਦੀ ਕਾਰਵਾਈ ਜਿਹੜੀ ਇਹਦੀ ਬਹੁਤੀ ਹੋ ਨਹੀਂ ਸਕਣੀ ਉੱਥੇ। ਪਰ ਇੰਨਾ ਜ਼ਰੂਰ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਜੀ ਉਹ ਦਬਕੇ, ਸੋ ਉਹਨਾਂ ਨੇ ਆਪਣਾ ਜਿਹੜਾ ਦੌਰਾ ਜੀ ਉਹ ਕੈਂਸਲ ਕਰਤਾ ਔਰ ਇਹ ਕਿਹਾ ਗਿਆ ਜੀ ਕਿ ਨਵੀਆਂ ਤਰੀਕਾਂ ਦਾ ਐਲਾਨ ਜਿਹੜਾ ਜੀ ਉਹ ਛੇਤੀ ਕੀਤਾ ਜਾਊਗਾ। ਉਹਨਾਂ ਨੇ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਚਿੱਠੀ ਵੀ ਲਿਖੀ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਗਲਤ ਹੈ ਔਰ ਕੈਨੇਡਾ ਦੇ ਵਿੱਚ ਜਿਹੜੀ ਡੈਮੋਕ੍ਰੇਟਿਕ ਕੰਟਰੀ ਆ ਉੱਥੇ ਇਉਂ ਕਿਸੇ ਦਾ ਬੋਲਣਾ ਜਿਹੜਾ ਜੀ ਉਹ ਬੰਦ ਨਹੀਂ ਕੀਤਾ ਜਾਣਾ ਚਾਹੀਦਾ, ਇਹ ਜਾਰੀ ਰਹਿਣਾ ਚਾਹੀਦਾ। ਪਰ ਪੰਜਾਬ ਦੇ ਵਿੱਚੋਂ ਇੱਕ ਨਵੀਂ ਜਿਹੜੀ ਚੀਜ਼ ਉਹ ਇਹ ਸਾਹਮਣੇ ਆਈ ਹੈ ਕਿ ਇਹਦਾ ਵਿਰੋਧ ਜਿਹੜਾ ਤਕੜੇ ਪੱਧਰ ਦੇ ਉੱਤੇ ਕੀਤਾ ਜੀ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਨੇ ਔਰ ਉਹਨਾਂ ਨੇ ਕਿਹਾ ਕਿ ਕੈਪਟਨ ਹੋਰਾਂ ਨੂੰ ਉੱਥੇ ਨਾ ਬੋਲਣ ਦੇਣ ਦਾ ਮਾਮਲਾ ਉਹ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਜਿਹੜਾ ਸੈਸ਼ਨ ਸ਼ੁਰੂ ਹੋ ਰਿਹਾ ਉਹਦੇ ਵਿੱਚ ਉਠਾਉਣਗੇ ਜੀ। ਜੀ ਜੀ ਜੀ। ਉੱਥੇ ਜਾ ਕੇ ਕਿੱਦਾਂ NRI-ਆਂ ਨੂੰ ਉਹ ਕਮਲੇ ਬਣਾਉਂਦੇ ਨੇ, ਚਾਹੇ ਉਹ ਕਾਂਗਰਸ ਆ ਅਤੇ ਚਾਹੇ ਉਹ ਅਕਾਲੀ ਦਲ ਨੇ, ਉਹ ਲੋਕਾਂ ਨੂੰ ਪਤਾ ਲੱਗ ਰਿਹਾ ਆ, ਤਾਂ ਹੀ ਦੋਨਾਂ ਨੂੰ ਚੰਗੇ ਜਿਹੜੇ ਇੱਥੋਂ ਦੜਾਇਆ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਉਹਨਾਂ ਦੀ ਘਰ ਵਾਪਸੀ ਤਾਂ ਹੋਈ ਆ ਪਰ ਉਦਾਸੀ ਨਹੀਂ ਟੁੱਟੀ। ਐਕਚੁਲੀ ਜੀ ਜਿਹੜਾ ਉਹਨਾਂ ਦਾ ਪਿੰਡ ਹੈ ਜੀ ਇੱਥੇ ਭਗਤਾ ਭਾਈਕਾ ਦੇ ਨਜ਼ਦੀਕ ਜਿਹੜੀ ਢਾਣੀ ਦੇ ਵਿੱਚ ਉਹ ਰਹਿੰਦੇ ਨੇ, ਉੱਥੇ ਤਾਂ ਉਹ ਜਿਹੜਾ ਜੀ ਨਹੀਂ ਗਏ
क्योंकि उत्थे शायद एक ना घर बंद पिया जी, देख रेख करने वाला कोई नहीं गा। दयालपुरा भाईचा उन्हों का पिंड है, जिहड़ी उहदी उहदी पत्नी दा जिहड़ा पेका घर है जी, उत्थे उहनूं लै के जिहड़ा जी दविंदरपाल सिंह भुल्लर होरां नूं गए ने नवनीत कौर होरी। और ये कहा जा रहा जी क्योंकि एकदम तो यह है नहीं गा जी कि कुछ घंटिया के जिहड़ा वह फर्क पै जांदा, पर इन्ना जरूर दस्सिया गया जी कि जदों तो उहनां दा होस्पिटल दे विच अमृतसर लिया के इलाज जिहड़ा कीता जा रहा उहनां दी सेहत दे विच फर्क तां हैगा, पर बाहर आके उन्होंने जरा जी जो भी रिएक्शन है हाल की घड़ी वह उस तरह का ही है जो जहाँ उत्ते भाव के चुप रहना उदासी जी है जी उन्होंने उत्ते ज्यों की त्यों कायम है। जेडे रिश्तेदार वगैरह आ रहे ने मिलन उन्होंने मिलन दे विच उन्हां दी कोई दिलचस्पी नहीं है जेडे बाहरों आने वाले ने जी। शायद जिहड़ा ढाई दहाकियां दा असर जिहड़ा है जी जिहड़ी बीमारी तो खास तौर दे उत्ते उह पीड़त ने शिज़ोफ्रेनिया जिहड़ी कि दिमाग दी बीमारी है उहदा असर जिहड़ा जी उह लंबा, पर डॉक्टर जिहड़े ने उह इह कहिंदे ने कि घर जाण दे नाल हौली हौली सही दविंदरपाल सिंह भुल्लर होरी जिहड़ा जी उह कुछ उहनां दी स्थिति जिहड़ी आ उह सुधर सकदी आ ते उह नॉर्मल जिहड़ा जी उह हो सकदे ने। इस गल दी उम्मीद भी है जी कि उह जल्दी जिहड़ा जी अपनी जिहड़ी सही जिंदगी है उहदे विच परतणगे। 21 दिन की पैरोल दे उत्ते उह आए ने, 42 दिन की पैरोल जिहड़ी उह मंगी सी। एक्चुअली इह प्रोसैस है जे उन्हां दी जमानत वल नूं जाया जावे तां उन्हां नूं इस केस दे विच जमानत जिहड़ी है जी उह मिल सकदी है जल्दी, पर उहदे वास्ते पहलां पैरोल जिहड़ी आ उह होणी जरूरी हुंदी आ ते इह पैरोल दी जिहड़ी रिपोर्ट लगूगी उहदों बाद उन्हां दी जमानत जिहड़ी अपलाई कीती जा सकदी है। टाडा वाले केस दे विचों जिहड़ा उह ज्यादा सीरीयस केस सी उहदे विचों उह बरी हो चुके जी। जी जी अगली गल करिए, पिछले दिनी सूरन सिंह पाकिस्तान दे जिहड़े मिनिस्टर भी ने उहनां दी हत्या हो गई सी, उस केस दे विच इक गिरफ्तारी हुई है। एक्चुअली जी ये जिहड़ा पाकिस्तान दे विच हमला होया सी दुनिया भर दे विच इहदी निखेधी जिहड़ी है जी उह होई है इस कतल दी जी। और इह पता लग्गा जी कि इहदे संबंध दे विच उसे एरिए तो एक जिहड़ा व्यक्ति आ बलदेव राज उहदा दस्सिया जांदा नाम, उहनूं गिरफ्तार जिहड़ा जी उह कीता गया जी। जिहड़ी उत्थों दी पुलिस है उहने इह किहा कि छेती उह इहदे संबंध दे विच इक प्रैस कॉन्फ्रेंस जिहड़ी है जी उह करके दस्सणगे कि इहदे पिछे कतल दे जिहड़ा जी उह की कारण है। हुण तक इह कहा जा रहा सीगा जी कि इह कतल जिहड़ा उह तालिबाना ने कीता, तालिबाना ने इस कतल दी जिम्मेवारी भी लई सीगी जी, जी। पर इस गिरफ्तारी तों बाद इस मामले दे विच इक नवां ट्विस्ट जिहड़ा जी उह आ सकदा है। आई थिंक इंतजार करना पवेगा थोड़ा जिहा दे जिहड़ी प्रैस कॉन्फ्रेंस दे विच खुलासा कीता जाऊगा कि असल जिहड़ा जी की कारण रहा जी इहनां दे कतल दा जी। जी ते ए नाली तुहानूं पुछ लेना चाहुंदे भी जिहड़े नामधारी माता चंद कौर हुणां दे कतल केस दे विच कुछ अपडेट होई, कुछ फड़िया फुड़िया गया? नहीं जी अजे तक तो कोई नहीं फड़िया गया, पुलिस के हाथ पैर अजे जिहड़े दी उह मार रही है, कुछ भी उहदे पल्ले नहीं गा। 10 लाख रुपया इनाम पुलिस ने रख्या, 20 लाख इनाम जिहड़ा जी भैणी साहब दे डेरे ने रख्या है। जिहड़े गृह मंत्री ने डिप्टी मुख्यमंत्री उन्हां कोल गृह मंत्रालय उन्होंने ये जरूर कहा कि पुलिस दे कोले जिहड़ा जी वह क्लू आ चुका है तो छेती जिहड़ी है जी वह गिरफ्तारी हो सकती है। मैं कल दे प्रोग्राम दे विच सांझा कीता सीगा कि पुलिस जिहड़ी है जी वह इस करके अजे किसी नतीजे दे उत्ते नहीं पहुंची, उह समझदी है कि इहदे विच प्रोफेशनल जिहड़े किलर हुंदे ने उहनां दी मदद जिहड़ी है वह लई गई है, जिहदे करके उहनां ने कोई सुराग जिहड़ा जी वह नहीं छड्डिया, ना कोई CCTV फुटेज दे विच कुछ आया। हालांकि पुलिस ने लुधियाने शहर नूं आउंदे जिन्ने राह ने उहनां दी CCTV फुटेज खंगाली आ, नेड़े तेड़े पैंदे जिहड़े टोल प्लाजे ने उहनां दे उत्ते लगे CCTV कैमरे जिहड़े आ जी उह फ्लोर पलार के वेख रहे ने। पुलिस नूं कुछ भी अजे तक जिहड़ा जी उह लभिया नहीं गा इस मामले दे उत्ते, तां करके उह कह रही है कि असीं पहुंच जावांगे छेती, पर इन्ने दिन बीत जाण तों बाद भी कुछ नहीं लभिया। और इसे तरीके दे नाल जिहड़ा कपूरथले तो बच्चा एक अगवा करके मार दिता गया सीगा गोइंदवाल साहब दे नेड़े, उस बच्चे दे मामले दे विच भी पुलिस दे हाथ अजे तक कुछ नहीं लग्या जी। जी आते स्रोतों ये सीगियां साडियां अज दियां खबरां जिन्हां बारे सानूं दस रहे सीगे बलतेज पन्नू जी। ते पन्नू जी जाण तों पहलों अज नामा कि जोड़ी साध ने संगत सी साथियां दी आखे चोण नेड़े लगदी आई काका।
ਜੋੜੀ ਸਾਧ ਨੇ ਸੰਗਤ ਸੀ ਸਾਥੀਆਂ ਦੀ ਆਖੇ ਚੋਣ ਨੇੜੇ ਲੱਗਦੀ ਆਈ ਕਾਕਾ ਚੋਗਾ ਸੁੱਟਿਆ ਸੀ ਕਾਂਗਰਸ ਪਾਰਟੀ ਨੇ ਅਜੇ ਅਸਾਂ ਨੇ ਫੜੀ ਨੀ ਸਾਈ ਕਾਕਾ ਅੱਧੀ ਰਾਤ ਅਕਾਲੀ ਜਾਂ ਮਿਲਣ ਆਏ ਅੱਗੋਂ ਅਸੀਂ ਨਾ ਅੱਖ ਮਿਲਾਈ ਕਾਕਾ ਆਏ ਉਹਨਾਂ ਤੋਂ ਵੱਖ ਸਨ ਭਾਜ ਪਾਈਏ ਅਸੀਂ ਚਾਹ ਵੀ ਨਹੀਂ ਪਿਆਈ ਕਾਕਾ ਆਪ ਪਾਰਟੀ ਵਾਲੇ ਸਨ ਮਿਲਣ ਆਏ ਨਾਲ ਗੱਲਾਂ ਦੇ ਗੱਲ ਤਿਲਕਾਈ ਕਾਕਾ ਜੇਤੂ ਘੋੜਾ ਨੀ ਅਜੇ ਵੀ ਸਾਫ਼ ਹੁੰਦਾ ਬਣੀ ਉੜਜਮੀ ਬਹੁਤ ਲੜਾਈ ਕਾਕਾ ਜੀ 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 ਬਹੁਤ ਬਹੁਤ ਧੰਨਵਾਦ ਬਲਤੇਜ ਬੰਨੂ ਜੀ ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖ਼ਬਰਾਂ ਬਾਰੇ ਜਾਣਕਾਰੀਆਂ ਦਿੱਤੀਆਂ ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸਤਿ ਸ਼੍ਰੀ ਅਕਾਲ ਮਿਹਰਬਾਨੀ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਅਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਆ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਜਿਹਦੇ ਵਾਸਤੇ ਰਹੋ ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA